ਆਉਣ ਵਾਲੇ ਕੁਝ ਦਿਨ ਪੰਜਾਬ ਦੇ ਲਈ ਬਹੁਤ ਖਾਸ ਹੋਣ ਵਾਲੇ ਨੇ, ਕਿਉਂਕਿ ਇੱਕ ਪਾਸੇ ਭਗਵੰਤ ਮਾਨ ਲਗਾਤਾਰ ਮਾਸਟਰ ਸਟ੍ਰੋਕ ਖੇਡ ਰਹੇ ਨੇ, ਕਿਉਂਕਿ ਇੱਕ ਪਾਸੇ ਗੱਠਜੋੜ ਦੀਆਂ ਚਰਚਾਵਾਂ ਸੀ, ਕਾਂਗਰਸ ਦੇ ਵੱਡੇ ਆਗੂ ਪੰਜਾਬ ਦੇ ਵਿੱਚ ਰੈਲੀਆਂ ਕਰਨ ਦੇ ਲਈ ਆ ਰਹੇ ਨੇ। ਖੰਨਾ ਤੋਂ ਕੁਝ ਹੀ ਕਿਲੋਮੀਟਰ ਦੀ ਦੂਰੀ ਦੇ ਉੱਤੇ ਕਾਂਗਰਸ ਦੀ ਰੈਲੀ 11 ਫਰਵਰੀ ਨੂੰ ਹੋਣ ਜਾ ਰਹੀ ਹੈ, ਪਰ ਉਸ ਤੋਂ ਪਹਿਲਾਂ ਹੀ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਖੰਨੇ ਦੇ ਵਿੱਚ ਹੀ 10 ਤਰੀਕ ਨੂੰ ਵੱਡੀ ਰੈਲੀ ਕਰਨ ਜਾ ਰਹੇ ਨੇ। ਇਸ ਦੇ ਸਿਆਸੀ ਸਮੀਕਰਨ ਕੀ ਨੇ ਗੱਲਬਾਤ ਕਰਾਂਗੇ। ਭਾਨੇ ਸਿੱਧੂ ਦੇ ਪਰਿਵਾਰ ਦੇ ਉੱਤੇ ਮਾਮਲਾ ਦਰਜ ਕਰ ਲਿਆ ਗਿਆ ਹੈ, ਲੱਖੇ ਸਿਧਾਣੇ ਦੇ ਉੱਤੇ ਮਾਮਲਾ ਦਰਜ ਹੋ ਗਿਆ ਹੈ। ਇਸ ਦੇ ਉੱਤੇ ਵੀ ਗੱਲਬਾਤ ਰਹੇਗੀ ਕਿ ਆਖਿਰਕਾਰ ਸਰਕਾਰ ਕਿਸ ਪਾਸੇ ਜਾ ਰਹੀ ਹੈ। ਗੱਲਬਾਤ ਪੰਜਾਬ ਦੇ ਸਿਆਸੀ ਭਵਿੱਖ ਦੇ ਉੱਤੇ ਕਰਾਂਗੇ। ਸਭ ਤੋਂ ਪਹਿਲਾਂ ਸਵਾਗਤ ਕਰਾਂਗੇ, ਸਾਡੇ ਨਾਲ ਸੀਨੀਅਰ ਪੱਤਰਕਾਰ ਸੁਨਾ ਡੱਲਾ ਜੀ ਮੌਜੂਦ ਨੇ। ਡੱਲਾ ਸਾਹਿਬ ਸਵਾਗਤ ਹੈ ਜੀ। ਬਹੁਤ ਬਹੁਤ ਧੰਨਵਾਦ, ਸਤਿ ਸ਼੍ਰੀ ਅਕਾਲ ਗਗਨਦੀਪ ਜੀ। ਡੱਲਾ ਸਾਹਿਬ, ਰੁੱਖ ਸਭ ਤੋਂ ਪਹਿਲਾਂ ਤਾਂ ਜਿਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਚਰਚਾਵਾਂ ਬਹੁਤ ਸੀ ਕਿ ਭਾਨੇ ਸਿੱਧੂ ਨੂੰ 10 ਤਰੀਕ ਨੂੰ ਛੱਡ ਦਿੱਤਾ ਜਾਊਗਾ, 3 ਤਰੀਕ ਨੂੰ ਬਹੁਤ ਵੱਡਾ ਇਕੱਠ ਹੁੰਦਾ, ਪੁਲਿਸ ਵੱਲੋਂ ਸਾਂਭਣ ਦੀ ਕੋਸ਼ਿਸ਼ ਵੀ ਹੁੰਦੀ ਆ, ਕਈਆਂ ਨੂੰ ਡਿਟੇਨ ਕੀਤਾ ਜਾਂਦਾ, ਕਈਆਂ ਨੂੰ ਹਾਊਸ ਅਰੈਸਟ ਕੀਤਾ ਜਾਂਦਾ, ਪਰ ਉਸ ਤੋਂ ਬਾਅਦ ਆਖਿਰਕਾਰ ਵੱਡਾ ਇਕੱਠ ਹੁੰਦਾ। ਪੁਲਿਸ ਦੇ ਵੱਡੇ ਆਗੂ ADGP ਜਸਕਰਨ ਸਿੰਘ ਖੜ੍ਹਦੇ ਨੇ, ਉਹ ਕਹਿੰਦੇ ਨੇ ਕਿ ਅਸੀਂ 6 ਦਿਨਾਂ ਦੇ ਵਿੱਚ ਪਰਚੇ ਵਾਪਸ ਲਵਾਂਗੇ, ਤਕਰੀਬਨ 10 ਤਰੀਕ ਨੂੰ ਭਾਨੇ ਸਿੱਧੂ ਨੂੰ ਛੱਡ ਦੇਵਾਂਗੇ। ਪਰ ਜਿਸ ਤਰੀਕੇ ਉਸੇ ਰਾਤ ਮਾਮਲਾ ਦਰਜ ਕਰ ਲਿਆ ਜਾਂਦਾ ਹੈ 18 ਜਾਣਿਆਂ ਦੇ ਖਿਲਾਫ, ਕਿਸ ਤਰ੍ਹਾਂ ਵੇਖ ਰਹੇ ਹੋ ਸਰਕਾਰ ਦੀ ਜੋ ਇਸ ਜੋ ਹੁਣ ਤੱਕ ਦੀ ਸਿਚੁਏਸ਼ਨ ਰਹੀ ਹੈ ਇਸ ਮਸਲੇ 'ਚ? ਦੇਖੋ, ਮੈਨੂੰ ਇਹ ਲੱਗਦਾ ਹੈ ਕਿ ਪੁਲਿਸ ਕਾਨੂੰਨ ਦੇ ਵਿੱਚ ਬੱਝੀ ਹੋਈ ਹੈ। ਇਹ ਸਾਨੂੰ ਪਤਾ ਹੈ ਕਿ 12 ਫਰਵਰੀ ਨੂੰ ਭਾਨਾ ਸਿੱਧੂ ਹੋਣਾ ਦੀ ਅਦਾਲਤ ਦੇ ਵਿੱਚ ਪੇਸ਼ੀ ਹੈ। ਅਦਾਲਤ ਨੇ 12 ਫਰਵਰੀ ਨੂੰ ਤਾਂ ਫੈਸਲਾ ਹੀ ਕਰਨਾ ਹੈ ਵੀ ਕੀ ਭਾਨਾ ਸਿੱਧੂ ਨੂੰ ਦੁਬਾਰਾ ਜੁਡੀਸ਼ਲ ਰਿਮਾਂਡ 'ਤੇ ਭੇਜਣਾ, ਜੁਡੀਸ਼ਲ ਰਿਮਾਂਡ ਉਹਦਾ ਵਧਾਉਣਾ ਜਾਂ ਉਹਨੂੰ ਜ਼ਮਾਨਤ ਦੇਣੀ ਹੈ। ਇਹ ਤਾਂ ਹੁਣ ਅਦਾਲਤ ਦਾ ਅਧਿਕਾਰ ਖੇਤਰ ਹੈ। ਦੂਜੇ ਪਾਸੇ ਜਦੋਂ ਪੁਲਿਸ ਇਹ ਦਾਅਵੇ ਕਰਦੀ ਹੈ, ਹੋ ਸਕਦਾ ਪੁਲਿਸ ਇਹ ਕੋਸ਼ਿਸ਼ ਕਰੇ, ਪਰ ਜਿਹੜੀ ਪੁਲਿਸ ਦੀ ਕੋਸ਼ਿਸ਼ ਹੈ ਗਗਨਦੀਪ ਜੀ, ਉਹ ਨਿਰਭਰ ਕਰਦੀ ਹੈ ਕਿ ਅਦਾਲਤ ਸਹਿਮਤ ਹੁੰਦੀ ਹੈ। ਦੂਸਰੀ ਗੱਲ, ਜਿਹੜੇ ਲੋਕ ਸ਼ਿਕਾਇਤਕਰਤਾ ਨੇ ਭਾਨਾ ਸਿੱਧੂ ਹੋਣਾ ਦੇ ਮਾਮਲੇ ਦੇ ਵਿੱਚ, ਕਿ ਉਹ ਇਸ ਗੱਲ ਲਈ ਤਿਆਰ ਹੋਣਗੇ ਕਿ ਉਹ ਆਪਣੀਆਂ ਸ਼ਿਕਾਇਤਾਂ ਵਾਪਸ ਲੈਣ? ਹੁਣ ਜਿਵੇਂ ਲੁਧਿਆਣੇ ਦੇ ਵਿੱਚ ਇੱਕ ਟਰੈਵਲ ਏਜੰਟ ਮਹਿਲਾ ਸੀ, ਤੁਹਾਨੂੰ ਲੱਗਦਾ ਕਿ ਇੰਨਾ ਵੱਡਾ ਇਲਜ਼ਾਮ ਲਾਉਣ ਤੋਂ ਬਾਅਦ ਉਹ ਆਪਣੀ ਸ਼ਿਕਾਇਤ ਵਾਪਸ ਲੈਣਗੇ? ਮੈਨੂੰ ਲੱਗਦਾ ਕਈ ਵਾਰੀ ਜਦੋਂ ਬਹੁਤ ਵੱਡੇ ਅੰਦੋਲਨ ਹੁੰਦੇ ਨੇ, ਤੁਸੀਂ ਦੇਖੋ ਅੰਮ੍ਰਿਤਪਾਲ ਸਿੰਘ ਹੋਣੀ ਵੀ ਆਪਣੇ ਸਾਥੀ ਨੂੰ ਥਾਣੇ 'ਚੋਂ, ਉਦੋਂ ਪੁਲਿਸ ਨੇ ਜੇਲ੍ਹ ਦੇ ਵਿੱਚੋਂ ਰਿਹਾਅ ਕਰਾਏ ਨੌਜਵਾਨ, ਉਹ ਛੁਡਵਾ ਕੇ ਲੈ ਗਏ। ਪਰ ਕਿਤੇ ਨਾ ਕਿਤੇ ਜਦੋਂ ਮਾਮਲੇ ਅਦਾਲਤਾਂ 'ਚ, ਕੋਰਟ ਕਚਹਿਰੀਆਂ 'ਚ ਚਲੇ ਜਾਂਦੇ ਨੇ, ਇੰਨੀ ਛੇਤੀ ਇਹ ਮਾਮਲੇ ਮੁੱਕਦੇ ਨਹੀਂ, ਇਹਨਾਂ ਨੂੰ ਸਮਾਂ ਲੱਗਦਾ। ਹੁਣ ਜਿਹੜਾ ਨਵਾਂ ਕੇਸ ਦਰਜ ਕੀਤਾ, ਪਹਿਲੀ ਤਾਂ ਗੱਲ ਇਹ ਹੈ ਕਿ ਅਗਰ ਲੱਖਾ ਸਿਧਾਣਾ ਨੇ, ਭਾਨਾ ਸਿੱਧੂ ਦੇ ਪਰਿਵਾਰ ਨੇ ਲੋਕਾਂ ਦੇ ਮਸਲਿਆਂ ਲਈ ਸੰਘਰਸ਼ ਕਰਨਾ, ਲੋਕ ਮਸਲਿਆਂ 'ਤੇ ਲੋਕਾਂ ਦੇ ਨਾਲ ਖੜ੍ਹਨਾ, ਫਿਰ ਇਹ ਪਰਚੀਆਂ ਤੋਂ ਘਬਰਾਉਣਾ ਨਹੀਂ ਚਾਹੀਦਾ। ਹਾਲਾਂਕਿ ਲੱਖਾ ਸਿਧਾਣਾ ਘਬਰਾਉਂਦਾ ਨਹੀਂ, ਮੈਂ ਕੱਲ੍ਹ ਸੁਣ ਰਿਹਾ ਸੀ ਲੱਖਾ ਸਿਧਾਣੇ ਦੀ ਵੀਡੀਓ, ਭਗਵੰਤ ਮਾਨ ਉਹਨਾਂ ਨੂੰ ਲੱਖਾ ਸਿਧਾਣਾ ਤਾਂ ਚੈਲੰਜ ਕਰੀ ਜਾ ਰਿਹਾ ਖੁੱਲ੍ਹਾ ਸਿਆਸੀ ਤੌਰ ਦੇ ਉੱਤੇ ਹੀ। ਮੈਨੂੰ ਲੱਗਦਾ ਕਿ ਜੋ ਕੁਝ ਉਸ ਦਿਨ ਵਾਪਰਿਆ ਪੁਲਿਸ ਨੇ ਉਹਦੇ ਆਧਾਰ 'ਤੇ ਹੀ ਕੇਸ ਦਰਜ ਕੀਤਾ। ਔਰ ਇਹ ਨਹੀਂ ਵੀ ਇਕੱਲਾ ਭਗਵੰਤ ਮਾਨ ਦੀ ਸਰਕਾਰ ਸੀ ਵੀ ਭਗਵੰਤ ਮਾਨ ਨੇ ਲੱਖਾ ਸਿਧਾਣਾ ਦੇ ਪਰਿਵਾਰ 'ਤੇ ਜਾਂ ਲੱਖਾ ਸਿਧਾਣਾ 'ਤੇ ਜਾਂ ਭਾਨਾ ਸਿੱਧੂ ਦੇ ਪਰਿਵਾਰ 'ਤੇ ਕੇਸ ਦਰਜ ਕਰਤਾ। ਕੋਈ ਭਗਵੰਤ ਮਾਨ ਕੋਲ ਐਡਾ, ਮੈਨੂੰ ਨਹੀਂ ਲੱਗਦਾ ਐਡਾ ਵਕਤ ਹੈ ਕਿ ਭਗਵੰਤ ਮਾਨ ਜਾਣ ਬੁੱਝ ਕੇ ਕਰਾਊਗਾ। ਹੁਣ ਮੈਨੂੰ ਯਾਦ ਹੈ ਭਗਵੰਤ ਮਾਨ ਉਹਨਾਂ 'ਤੇ ਤਾਂ ਆਪ ਕੇਸ ਦਰਜ ਹੁੰਦੇ ਰਹੇ ਸੀ ਜਦੋਂ ਪਹਿਲਾਂ ਕੈਪਟਨ ਅਮਰਿੰਦਰ ਦੀ ਸਰਕਾਰ ਸੀ, ਜਦੋਂ ਚੰਡੀਗੜ੍ਹ ਦੇ ਧਰਨਿਆਂ ਦੇ ਵਿੱਚ ਮੈਨੂੰ ਪਤਾ ਉਹਨਾਂ 'ਤੇ ਵੀ ਕੇਸ ਦਰਜ ਹੁੰਦੇ ਰਹੇ ਨੇ। ਇਸ ਕਰਕੇ ਜਦੋਂ ਸਰਕਾਰਾਂ
ਸੱਤਾ 'ਚ ਹੁੰਦੀਆਂ ਨੇ ਅਤੇ ਪੁਲਿਸ ਨੇ ਕਾਨੂੰਨ ਦੇ ਮੁਤਾਬਕ ਅੱਗੇ ਵਧਣਾ ਹੁੰਦਾ। ਡਾਕਟਰ ਭੀਮ ਰਾਓ ਸਾਹਿਬ ਅੰਬੇਦਕਰ ਦਾ ਜਿਹੜਾ ਸਾਡਾ ਕਾਨੂੰਨ ਬਣਿਆ ਗਗਨਦੀਪ ਜੀ, ਉਹਨੇ ਸਾਰਿਆਂ ਨੂੰ ਬਰਾਬਰ ਵੇਖਣਾ। ਕਿਸੇ ਦੀ ਮਾੜਾ ਮੋਟਾ ਕਿਤੇ 19-21 ਕੋਈ ਹੁੰਦੀ ਹੋਵੇ ਹੋ ਜੇ, ਪਰ ਇਹ ਨਹੀਂ ਹੋ ਸਕਦਾ ਕਿ ਜੇ ਕਿਤੇ ਕੇਸ ਬਣਦਾ ਹੋਵੇ ਤਾਂ ਪੁਲਿਸ ਦਰਜ ਨਾ ਕਰੇ ਅਤੇ ਪੁਲਿਸ ਆਪਣੀ ਮਰਜ਼ੀ ਨਾਲ ਕੇਸ ਖਾਰਜ ਕਰਦੇ, ਬੜਾ ਔਖਾ ਹੁੰਦਾ। ਸੋ ਇਸ ਕਰਕੇ ਜਦੋਂ ਅਗਰ ਪੁਲਿਸ ਵੱਲੋਂ ਜਾਂ ਸਰਕਾਰ ਵੱਲੋਂ ਕੇਸ ਦਰਜ ਕੀਤਾ ਗਿਆ ਹੋਵੇ ਫਿਰ ਤਾਂ ਕੋਈ ਸਰਕਾਰ ਆਧਾਰ ਬਣਾ ਲੈਂਦੀ ਹੈ, ਪਰ ਜਦੋਂ ਸਰਕਾਰ ਦੇ ਅਧਿਕਾਰ ਖੇਤਰ 'ਚੋਂ ਉਨੀ ਗੱਲ ਨਹੀਂ ਹੈ, ਜਿਹੜੇ ਬੰਦੇ ਸ਼ਿਕਾਇਤਕਰਤਾ ਨੇ ਉਹਨਾਂ ਦੀ ਸਹਿਮਤੀ ਵੀ ਬਹੁਤ ਜ਼ਰੂਰੀ ਹੈ। ਹਾਂ, ਸ਼ਿਕਾਇਤਕਰਤਾ ਹੀ ਕਹਿ ਦੇਣ ਵੀ ਸਾਨੂੰ ਭਾਨਾ ਸਿੱਧੂ ਉਹਨਾਂ ਨਾਲ ਕੋਈ ਗਿਲਾ ਨਹੀਂ ਹੈ, ਫਿਰ ਕੀ ਉਹ ਕਹਿਣਗੇ ਵੀ ਜਿਹੜੇ ਉਹਨਾਂ ਨੇ ਇਲਜ਼ਾਮ ਲਾਏ ਸੀ, ਸ਼ਿਕਾਇਤ ਦਿੱਤੀ ਸੀ ਭਾਨਾ ਸਿੱਧੂ ਉਹਨਾਂ ਦੇ ਮਾਮਲੇ 'ਤੇ ਉਹ ਝੂਠੀ ਸੀ, ਕੀ ਉਹ ਲਿਖ ਦੇਣਗੇ? ਇਸ ਕਰਕੇ ਇਹ ਮੈਨੂੰ ਲੱਗਦਾ ਹਜੇ ਐਡੀ ਛੇਤੀ ਨਿਬੜਨ ਵਾਲੇ ਮਾਮਲੇ ਨਹੀਂ ਹੈ। ਗਗਨਦੀਪ ਜੀ, ਠੀਕ ਹੈ, ਉਸ ਦਿਨ ਬਹੁਤ ਭਾਨਾ ਸਿੱਧੂ ਦੇ ਸਮਰਥਨ 'ਚ ਲੋਕ ਆਏ, ਲੱਖਾਂ ਸਿਧਾਣਾ ਵੀ ਉਸ ਦਿਨ ਪਹੁੰਚੇ, ਹੋਰ ਸਾਥੀਆਂ ਦੇ ਨਾਲ ਵੀ ਪਹੁੰਚੇ। ਸਵਾਲ ਤਾਂ ਇਹ ਵੀ ਨੇ ਵੀ ਲੱਖਾਂ ਸਿਧਾਣਾ ਇਕੱਲਾ ਕਿਵੇਂ ਪਹੁੰਚ ਗਿਆ ਅਤੇ ਹੋਰ ਲੀਡਰ ਕਿਉਂ ਨਹੀਂ ਪਹੁੰਚ ਸਕੇ? ਬਾਕੀ ਨਜ਼ਰਬੰਦ ਹੋ ਗਏ ਅਤੇ ਲੱਖਾਂ ਸਿਧਾਣਾ ਕਿਉਂ ਨਹੀਂ ਨਜ਼ਰਬੰਦ ਹੋ ਸਕਿਆ? ਇਹ ਬੜਾ ਗੁੰਝਲਦਾਰ ਜਿਹਾ ਸਵਾਲ ਮੈਂ ਕਈ ਜਗ੍ਹਾ 'ਤੇ ਇਹ ਸੁਣਿਆ। ਇਸ ਕਰਕੇ ਕਈ ਵਾਰੀ ਜਿਹੜੀਆਂ ਏਜੰਸੀਆਂ ਨੇ ਸਾਡੀਆਂ, ਕਈ ਵਾਰੀ ਸਾਨੂੰ ਦੇਖਣ ਨੂੰ ਲੱਗਦਾ ਹੁੰਦਾ ਕਿ ਏਜੰਸੀਆਂ ਝੁੱਕ ਗਈਆਂ, ਪੁਲਿਸ ਝੁੱਕ ਗਈ, ਪਰ ਕਾਨੂੰਨ, ਸੰਵਿਧਾਨ, ਏਜੰਸੀਆਂ, ਗਗਨਦੀਪ ਜੀ, ਕਦੀ ਝੁੱਕਦੇ ਨਹੀਂ ਹੁੰਦੇ। ਇਹ ਕਈ ਵਾਰੀ ਲੱਗਣ ਲੱਗ ਜਾਂਦਾ ਹੁੰਦਾ। ਸੋ ਇਸ ਕਰਕੇ ਇਹ ਪ੍ਰਤੀਬਿੰਬ ਕਈ ਵਾਰੀ ਇਸ ਤਰੀਕੇ ਦਾ ਬਣ ਜਾਂਦਾ, ਪਰ ਅਜਿਹਾ ਹੁੰਦਾ ਨਹੀਂ। ਜਿਵੇਂ ਜਿਵੇਂ ਵਕਤ ਅੱਗੇ ਪੈਂਦਾ ਫਿਰ ਚੀਜ਼ਾਂ ਪੂਰੀ ਕਲੈਰਿਟੀ ਅਤੇ ਸਾਫ਼ ਗੋਈ ਦੇ ਨਾਲ ਅੱਗੇ ਆਉਂਦੀਆਂ ਨੇ। ਸੋ ਹੁਣ ਆਉਣ ਵਾਲੇ ਦਿਨਾਂ 'ਚ ਇਹਨਾਂ ਮਾਮਲਿਆਂ ਦੇ ਵਿੱਚ ਕੀ ਬਣਦਾ, ਮੈਨੂੰ ਲੱਗਦਾ ਇਹ 10-11-12 ਤਰੀਕ ਨੂੰ ਸਾਫ਼ ਹੋਣਾ ਸ਼ੁਰੂ ਹੋ ਜੂਗਾ ਕਿ ਸਥਿਤੀ ਖੜੀ ਕਿੱਥੇ ਹੈ। ਡੱਲਾ ਸਾਹਿਬ, ਇਸ ਸਾਰੇ ਦੇ ਵਿਚਕਾਰ ਵੱਡਾ ਸਵਾਲ ਇਹ ਬਣਿਆ ਕਿ ਐਡੇ ਵੱਡੇ ਪੁਲਿਸ ਦੇ ਆਫਿਸਰ ਖੜ੍ਹੇ ਹੋਣ, ADGP ਜਸਕਰਨ ਸਿੰਘ ਵਰਗੇ ਵੱਡੇ ਆਫਿਸਰ ਜਿਨ੍ਹਾਂ ਦੇ ਉੱਤੇ ਬਹੁਤ ਵੱਡੀਆਂ ਜ਼ਿੰਮੇਵਾਰੀਆਂ ਨੇ, ਉਹ ਉੱਥੇ ਖੜ੍ਹ ਕੇ ਇੱਕ ਲਿਖਤੀ ਰੂਪ ਦੇ ਉੱਤੇ ਸਮਝੌਤਾ ਕਰਕੇ ਦੇ ਆਉਂਦੇ ਨੇ, ਉਹਨਾਂ ਦੇ ਸਾਈਨਾਂ ਦੇ ਅਧੀਨ ਉਹ ਫੈਸਲੇ ਹੁੰਦੇ ਨੇ, ਉਹ ਜੋ ਵਾਅਦੇ ਕੀਤੇ ਜਾਂਦੇ ਨੇ, ਲੱਗਦਾ ਕਿ ਕਿਤੇ ਨਾ ਕਿਤੇ ਫਿਰ ਆਮ ਲੋਕਾਂ ਦਾ ਪੁਲਿਸ ਪ੍ਰਸ਼ਾਸਨ ਦੇ ਉਹਨਾਂ ਵਾਅਦਿਆਂ ਤੋਂ ਵੀ, ਉਹ ਜੋ ਕੀਤੇ ਹੋਏ ਉਹਨਾਂ ਦੇ ਕਰਾਰ ਨੇ ਉਹਨਾਂ ਤੋਂ ਵੀ ਵਿਸ਼ਵਾਸ ਉੱਠੇਗਾ, ਕਿਉਂਕਿ ਜਿਸ ਤਰੀਕੇ ਦੇ ਨਾਲ ਉੱਥੇ ਕਰਾਰ ਹੁੰਦਾ, ਐਡੀ ਵੱਡੀ ਭੀੜ ਦੇ ਨਾਲ ਖੜ੍ਹ ਕੇ ਖੁਦ ਬੋਲਿਆ ਜਾਂਦਾ ਮਾਈਕ ਦੇ ਵਿੱਚੋਂ ਖੜ੍ਹ ਕੇ, ਇਹ ਚੀਜ਼ਾਂ ਦੇ ਨਾਲ ਆਮ ਲੋਕਾਂ ਦਾ ਵਿਸ਼ਵਾਸ ਉੱਠੇਗਾ? ਦੇਖੋ, ਦੋ ਚੀਜ਼ਾਂ ਹੁੰਦੀਆਂ ਨੇ। ਪੁਲਿਸ ਨੇ ਕੋਈ ਮੈਜਿਸਟ੍ਰੇਟ ਤੋਂ ਅਟੈਸਟ ਕਰਾ ਕੇ ਐਫੀਡੈਵਿਟ ਤਾਂ ਦਿੱਤਾ ਨਹੀਂ, ਨਾ ਹੀ ਉੱਤੇ ਡਿਪਟੀ ਕਮਿਸ਼ਨਰ ਨੇ ਕੋਈ ਐਫੀਡੈਵਿਟ ਅਟੈਸਟ ਕਰਕੇ ਦੇ ਤਾ ਸਟਾਮ 'ਤੇ। ਇਸ ਕਰਕੇ ਪੁਲਿਸ ਨੂੰ ਉਦੋਂ ਮੌਕੇ ਦੇ ਹਿਸਾਬ ਨਾਲ ਜਿਹੜੀਆਂ ਗੱਲਾਂ ਲੱਗਦੀਆਂ ਨੇ, ਮੌਕੇ ਦੇ ਹਿਸਾਬ ਨਾਲ ਜਿਹੜੀਆਂ ਗੱਲਾਂ ਲੱਗਦੀਆਂ ਨੇ, ਪੁਲਿਸ ਦੇ ਅਫਸਰ ਵੀ ਕਹਿ ਦਿੰਦੇ ਨੇ। ਹੁਣ ਮੈਂ ਤੁਹਾਨੂੰ ਇੱਕ ਗੱਲ ਪੁੱਛਦਾ, ਕਿਸੇ ਪੁਲਿਸ ਦੇ ਇੱਕ ਅਫਸਰ ਦੇ ਹੱਥ 'ਚ ਵੀ ਸਾਰਾ ਕੁਝ ਨਹੀਂ ਹੁੰਦਾ। ਉਹਨੇ ਆਪਣੀ ਵਿਵੇਕ ਦੇ ਨਾਲ ਅਗਰ ਕੋਈ ਫੈਸਲਾ ਕਰਤਾ, ਪਰ ਨਿਰਭਰ ਤਾਂ ਹੁਣ ਅਦਾਲਤ 'ਤੇ ਕਰਦਾ ਨਾ, ਵੀ ਕੀ ਅਦਾਲਤ ਉਸਨੂੰ ਪ੍ਰਵਾਨ ਕਰਦੀ ਹੈ। ਮੈਂ ਤੁਹਾਨੂੰ ਉਹੀ ਗੱਲ ਕਿਹਾ, ਜਾਂ ਤਾਂ ਸਾਰੀਆਂ ਧਿਰਾਂ ਹੀ ਸਹਿਮਤੀ ਬਣਾ ਲੈਣ, ਜਾਂ ਤਾਂ ਸਾਰੀਆਂ ਧਿਰਾਂ ਹੀ ਸਹਿਮਤੀ ਬਣਾ ਲੈਣ, ਜਿਹੜਾ ਸ਼ਿਕਾਇਤ ਕਰਤਾ ਉਹ ਵੀ ਸਹਿਮਤੀ ਬਣਾ ਲਏ, ਫਿਰ ਤਾਂ ਗੱਲ ਇਹ ਸਮਝ ਲੱਗਦੀ ਹੈ। ਹੁਣ ਦੇਖੋ, ਮੈਂ ਵੱਡੇ ਵੱਡੇ ਅੰਦੋਲਨ ਦੇਖਿਆ ਆਪਣੀ ਜ਼ਿੰਦਗੀ 'ਚ। ਇੱਕ ਵਾਰ ਲੁਧਿਆਣੇ ਦਯਾਨੰਦ ਮੈਡੀਕਲ ਕਾਲਜ ਅਤੇ ਹਸਪਤਾਲ ਦੇ ਬਾਹਰ ਬੜਾ ਵੱਡਾ ਅੰਦੋਲਨ ਚੱਲਦਾ ਸੀ, ਇੰਝ ਲੱਗਦਾ ਸੀ ਪੁਲਿਸ ਝੁੱਕ ਗਈ। ਅੰਦੋਲਨਕਾਰੀ ਡਾਕਟਰਾਂ ਨੂੰ ਵੀ ਉੱਥੇ ਕਈ ਵਾਰੀ ਇੱਕ ਤਰੀਕੇ ਨਾਲ ਬੰਦ ਕਰ ਲੈਂਦੇ ਸੀ, ਤਾਲੇ ਲੱਗ ਜਾਂਦੇ ਸੀ ਹਸਪਤਾਲਾਂ 'ਚ। ਇੰਝ ਲੱਗਦਾ ਸੀ ਕਿ ਪੁਲਿਸ ਬੜੀ ਅਸਹਾਈ ਹੈ, ਪੁਲਿਸ ਦੇ ਹੱਥ ਵੱਸ ਕੁਛ ਨਹੀਂ, ਪੁਲਿਸ ਬੇਬਸ ਹੈ। ਪਰ ਜਦੋਂ ਪੁਲਿਸ ਨੇ ਆਪਣਾ ਐਕਸ਼ਨ ਕੀਤਾ ਤਾਂ ਅੱਜ ਤੱਕ ਦੁਬਾਰਾ ਉੱਥੇ ਅੰਦੋਲਨ ਨਹੀਂ ਹੋਇਆ। ਅਤੇ ਬਹੁਤ ਲੋਕਾਂ ਨੂੰ, ਸਾਡੇ ਸਟਾਫ ਦੇ ਉੱਥੇ ਸਾਥੀ ਸੀ ਜਿਹੜੇ, ਉਹਨਾਂ ਨੂੰ ਜੇਲ੍ਹਾਂ ਕੱਟਣੀਆਂ ਪਈਆਂ। ਹਜੇ ਤੱਕ ਵੀ ਮੈਨੂੰ ਲੱਗਦਾ ਉਹ ਮਾਮਲੇ ਪੁਲਿਸ ਦੇ ਅਦਾਲਤਾਂ 'ਚ ਚੱਲਦੇ ਹੋਣਗੇ। ਸੋ ਇਸ ਕਰਕੇ
ਕਈ ਵਾਰੀ ਪੁਲਿਸ ਦੀ ਦੇਖੋ ਕੋਸ਼ਿਸ਼ ਇਹ ਹੁੰਦੀ ਹੈ ਕਿ ਲਾ ਐਂਡ ਆਰਡਰ ਮੇਨਟੇਨ ਰਹੇ, ਅਮਨ ਕਾਨੂੰਨ ਬਰਕਰਾਰ ਰਹੇ। ਲੋਕ ਜਦੋਂ ਜਿਵੇਂ ਭਾਨਾ ਸਿੱਧੂ ਦਾ ਸਮਰਥਕ ਨੇ ਜਿਹੜੇ, ਉਹ ਭਾਵਨਾਤਮਕ ਰੂਪ 'ਚ ਭਾਨਾ ਸਿੱਧੂ ਦੇ ਨਾਲ ਜੁੜੇ ਹੋਏ ਨੇ, ਉਹ ਫਿਰ ਜਦੋਂ ਆਉਂਦੇ ਨੇ ਭਾਵਨਾਵਾਂ ਦੀ ਵੇਗ 'ਚ ਪੈਂਦੇ ਨੇ। ਤੁਸੀਂ ਦੇਖੋ ਉਸ ਦਿਨ ਵੀ ਕਈ ਜਗ੍ਹਾ ਵੇਖਿਆ, ਕਈ ਜਗ੍ਹਾ ਨਾਕੇ ਟੁੱਟ ਗਏ, ਕਈ ਜਗ੍ਹਾ ਟਕਰਾਅ ਵਾਲੀ ਸਥਿਤੀ ਬਣਨ ਵਾਲੀ ਹੋ ਗਈ। ਸੋ ਪੁਲਿਸ ਉਸ ਦਿਨ ਬਹੁਤ ਨਿਮਰਤਾ ਅਤੇ ਠਰੰਮੇ ਨਾਲ ਕੰਮ ਲੈਂਦੀ ਹੈ, ਕਿਉਂਕਿ ਪੁਲਿਸ ਨੂੰ ਪਤਾ ਹੁੰਦਾ ਕਿ ਲੋਕ ਭਾਵਨਾਵਾਂ ਦੇ ਵਿੱਚ ਵਹੇ ਹੋਏ ਨੇ ਇਸ ਵਕਤ। ਸੋ ਕਈ ਵਾਰੀ ਪੁਲਿਸ ਝੁਕਦੀ ਵੀ ਸਾਨੂੰ ਲੱਗਦੀ ਹੈ। ਦੇਖੋ ਇਹ ਵੀ ਇੱਕ ਪੁਲਿਸ ਦਾ ਤਰੀਕਾ ਹੈ ਕਿ ਆਮ ਲੋਕਾਂ ਦੀਆਂ ਜਿਹੜੀਆਂ ਭਾਵਨਾਵਾਂ ਨੇ, ਜਿਸ ਦਿਨ ਬਹੁਤ ਜ਼ਿਆਦਾ ਵਗ ਰਹੀਆਂ ਨੇ, ਵਹਿ ਰਹੀਆਂ ਨੇ ਭਾਵਨਾਵਾਂ, ਉਹਨਾਂ ਨੂੰ ਪੁਲਿਸ ਥੋੜ੍ਹੀ ਸੰਜਮ ਨਾਲ ਰੋਕਦੀ ਹੈ। ਪੁਲਿਸ ਕਈ ਵਾਰੀ ਝੁਕਦੀ ਲੱਗਦੀ ਵੀ ਹੈ, ਪਰ ਪੁਲਿਸ ਕਾਨੂੰਨ ਤੋਂ ਬਾਹਰ ਨਹੀਂ ਜਾ ਸਕਦੀ। ਗਗਨਦੀਪ ਜੀ ਬਿਲਕੁਲ ਸੋ ਜ਼ਰੂਰ ਹੈ ਕਿ ਇਸ ਮਸਲੇ ਦੇ ਵਿੱਚ ਇਸ ਕਦਰ ਲਗਾਤਾਰ ਪਰਚੇ ਹੋ ਰਹੇ ਨੇ ਇਹਨਾਂ ਚੀਜ਼ਾਂ ਤੋਂ, ਤਾਂ ਸਾਫ਼ ਹੈ ਕਿ ਪੁਲਿਸ ਕਦੇ ਵੀ ਕੀਤੇ ਹੋਏ ਪਰਚਿਆਂ ਤੋਂ ਬਹੁਤ ਹੀ ਛੇਤੀ ਵਾਪਸ ਨਹੀਂ ਮੁੜਦੀ ਹੁੰਦੀ। ਬੇਸ਼ੱਕ ਇਸ ਦਾ ਇੱਕ ਵੱਡਾ ਰੂਪ ਸਾਡੇ ਕੋਲ ਅਜੋਕੇ ਸਮੇਂ ਦੇ ਵਿੱਚ ਕਿਸਾਨੀ ਅੰਦੋਲਨ ਦਾ ਪਿਆ। ਦਿੱਲੀ ਦੇ ਵਿੱਚ ਬਹੁਤ ਸਾਰੇ ਪਰਚੇ ਹੋਏ, ਬਹੁਤ ਸਾਰੇ ਵਾਅਦੇ ਜਦੋਂ ਕਿਸਾਨ ਅੰਦੋਲਨ ਖਤਮ ਹੁੰਦਾ ਹੈ ਵਾਪਸ ਆਉਂਦੇ ਨੇ ਕਿਸਾਨ ਆਗੂ, ਉਹਨਾਂ ਨਾਲ ਕੀਤੇ ਜਾਂਦੇ ਨੇ ਕਿ ਅਸੀਂ ਸਾਰੇ ਪਰਚੇ ਖਤਮ ਕਰਾਂਗੇ, ਪਰ ਉਹ ਪਰਚਿਆਂ ਦੇ ਅਧੀਨ ਅੱਜ ਵੀ ਜਿਹੜੀਆਂ ਨੇ ਤਰੀਕਾਂ ਭੁਗਤੀਆਂ ਜਾ ਰਹੀਆਂ। ਬਹੁਤ ਸਾਰੇ ਕੇਸ ਹਜੇ ਤੱਕ ਨਹੀਂ ਨਿਬੜੇ। ਦੇਖੋ ਤੁਸੀਂ ਲਖੀਮਪੁਰ ਖੀਰੀ ਦਾ ਮਾਮਲਾ ਨਹੀਂ ਨਿਬੜਿਆ, MSP ਦੇ ਕਾਨੂੰਨ ਵਾਲੇ ਮਸਲੇ 'ਤੇ ਵੀ ਹਜੇ ਕੋਈ ਆਖਰੀ ਫੈਸਲਾ ਨਹੀਂ ਹੋ ਸਕਿਆ। ਸੋ ਬਹੁਤ ਸਾਰੀਆਂ ਗੱਲਾਂ ਉਸੇ ਤਰ੍ਹਾਂ ਲਟਕੀਆਂ ਪਈਆਂ। ਬਿਲਕੁਲ ਡੱਲਾ ਸਾਹਿਬ, ਇਸ ਦੇ ਨਾਲ ਹੀ ਸਿਆਸੀ ਜੋ ਰੁੱਖ ਆ ਪੰਜਾਬ ਦਾ ਉਹ ਵੀ ਤਬਦੀਲ ਹੁੰਦਾ ਜਾ ਰਿਹਾ। ਹੁਣ ਕਿਤੇ ਨਾ ਕਿਤੇ ਉਹ ਤਸਵੀਰ ਤਾਂ ਪੰਜਾਬ 'ਚ ਸਾਫ਼ ਹੋ ਗਈ ਕਿ ਕਾਂਗਰਸ ਅਤੇ ਆਮ ਆਦਮੀ ਪਾਰਟੀ ਦਾ ਜਿਹੜਾ ਇੰਡੀਆ ਗੱਠਜੋੜ ਆ, ਪੰਜਾਬ ਦੇ ਵਿੱਚ ਕੋਈ ਬਹੁਤਾ ਪ੍ਰਭਾਵੀ ਨਹੀਂ ਹੋਏਗਾ ਜਾ ਕੇ ਦੀ ਕਿ ਹੁੰਦਾ ਨਜ਼ਰ ਨਹੀਂ ਆ ਰਿਹਾ, ਕਿਉਂਕਿ ਇੱਕ ਪਾਸੇ ਖੜਗੇ ਜੋ ਕਾਂਗਰਸ ਦੇ ਪ੍ਰਭਾਰੀ ਨੇ ਉਹ ਪਹੁੰਚ ਰਹੇ ਨੇ ਪੰਜਾਬ ਦੇ ਵਿੱਚ, 11 ਤਰੀਕ ਨੂੰ ਉਹ ਬਹੁਤ ਵੱਡੀ ਉਰੇ ਰੈਲੀ ਕਰਨ ਜਾ ਰਹੇ ਨੇ ਖੰਨਾ ਸ਼ਹਿਰ ਦੇ ਨੇੜੇ ਸਮਰਾਲੇ ਦੇ ਵਿੱਚ, ਅਤੇ ਉਸੇ ਤੋਂ ਇੱਕ ਦਿਨ ਪਹਿਲਾਂ 10 ਫਰਵਰੀ ਨੂੰ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹੋਣਾ ਦੀ ਅਗਵਾਈ ਹੇਠ ਇੱਕ ਵੱਡੀ ਰੈਲੀ ਖੰਨਾ ਦੇ ਵਿੱਚ ਹੋਣ ਜਾ ਰਹੀ ਹੈ। ਕਿੱਦਾਂ ਵੇਖਦੇ ਹੋ ਇਹ, ਕਿਸ ਤਰ੍ਹਾਂ ਦਾ ਸ਼ਕਤੀ ਪ੍ਰਦਰਸ਼ਨ ਜਿਹਦੀ ਸ਼ੁਰੂਆਤ ਖੰਨੇ ਦੇ ਨੇੜੇ ਤੇੜੇ ਹੋਣ ਜਾ ਰਹੀ ਹੈ? ਦੇਖੋ ਭਗਵੰਤ ਮਾਨ, ਜਿਵੇਂ ਤੁਸੀਂ ਸ਼ੁਰੂ 'ਚ ਕਿਹਾ ਕਿ ਮਾਸਟਰ ਸਟ੍ਰੋਕ ਮਾਰਤਾ ਭਗਵੰਤ ਮਾਨ ਨੇ, ਦੇਖੋ ਭਗਵੰਤ ਮਾਨ ਹੁਣ ਸਿਆਣੇ ਸਿਆਸਤਦਾਨ ਬਣ ਚੁੱਕੇ ਨੇ। ਭਗਵੰਤ ਮਾਨ ਨੂੰ ਪੋਲੀਟੀਕਲੀ ਇਹ ਸਮਝ ਲੈਣਾ ਕਿ ਭਗਵੰਤ ਮਾਨ ਪੋਲੀਟੀਕਲੀ ਮੈਚਿਓਰ ਨਹੀਂ ਹੈ, ਓਨੀ ਪੋਲੀਟਿਕਸ ਦੀ ਸਮਝ ਨਹੀਂ ਹੈ। ਦੇਖੋ ਅਗਰ ਭਗਵੰਤ ਮਾਨ ਪੋਲੀਟੀਕਲੀ ਮੈਚਿਓਰ ਨਾ ਹੁੰਦਾ ਤਾਂ ਅੱਜ ਮੁੱਖ ਮੰਤਰੀ ਨਾ ਹੁੰਦਾ, ਉਹ ਮੁੱਖ ਮੰਤਰੀ ਐਵੇਂ ਨਹੀਂ ਬਣਿਆ। ਭਗਵੰਤ ਮਾਨ ਨੂੰ ਸਿਆਸਤ ਦੇ ਵੀ ਸਾਰੇ ਦਾਅ ਪੇ ਚਾਉਂਦੇ ਨੇ। ਹੁਣ ਤੁਸੀਂ ਵੇਖੋ 11 ਫਰਵਰੀ ਨੂੰ ਕਾਂਗਰਸ ਦੀ ਵਰਕਰ ਕਨਵੈਨਸ਼ਨ ਹੈ, ਪੂਰੀ ਕਾਂਗਰਸ ਦਾ ਜ਼ੋਰ ਲੱਗਿਆ ਪਿਆ, ਹਾਲਾਂਕਿ ਗੁੱਟ ਵੀ ਨੇ ਕਾਂਗਰਸ 'ਚ, ਕਈ ਗੁੱਟਾਂ ਦਾ ਜ਼ੋਰ ਇਹ ਵੀ ਲੱਗਿਆ ਵੀ ਭਾਈ ਇਹ ਸਫਲ ਨਾ ਹੋਵੇ, ਕਈ ਗੁੱਟ ਚਾਹੁੰਦੇ ਨੇ ਰਾਜਾ ਵੜਿੰਗ ਕਿਤੇ ਤਕੜਾ ਨਾ ਹੋ ਜੇ। ਜੇ ਇਹ ਵਰਕਰ ਕਨਵੈਨਸ਼ਨ ਕਾਮਯਾਬ ਹੋ ਗਈ ਉਹਦੇ ਨਾਲ ਰਾਜਾ ਵੜਿੰਗ ਤਕੜਾ ਹੋਊਗਾ, ਅਗਰ ਇਹ ਕਾਮਯਾਬ ਨਹੀਂ ਹੁੰਦੀ ਰਾਜਾ ਵੜਿੰਗ ਕਮਜ਼ੋਰ ਹੋਊਗਾ। ਸੋ ਕਾਂਗਰਸ 'ਚ ਅੰਦਰ ਖਾਤੇ ਸਾਰੀ ਤਰ੍ਹਾਂ ਦਾ ਜ਼ੋਰ ਚੱਲ ਰਿਹਾ, ਉੱਪਰੋਂ ਇਹ ਦਿਖਾਉਣ ਦੀ ਕੋਸ਼ਿਸ਼ ਹੋ ਰਹੀ ਹੈ ਵੀ ਅਸੀਂ ਇਹ ਵਰਕਰ ਕਨਵੈਨਸ਼ਨ ਨੂੰ ਕਾਮਯਾਬ ਕਰਨਾ, 11 ਫਰਵਰੀ ਨੂੰ ਅਸੀਂ ਵੱਧ ਤੋਂ ਵੱਧ ਵਰਕਰ ਪਹੁੰਚਣੇ ਚਾਹੀਦੇ ਹਾਂ ਮਲਕੀ ਅਰਜਨ ਖੜਗੇ ਦੇ ਸਾਹਮਣੇ। ਹੁਣ ਮਲਕੀ ਅਰਜਨ ਖੜਗੇ ਇਹ ਸੋਚ ਕੇ ਆ ਰਹੇ ਨੇ 11 ਫਰਵਰੀ ਨੂੰ ਵੀ ਮੈਂ ਲੋਕਾਂ ਦੀਆਂ ਭਾਵਨਾਵਾਂ ਵੀ ਦੇਖ ਲੂੰਗਾ, ਮੈਂ ਕਾਂਗਰਸ ਦੀ ਤਿਆਰੀ ਵੀ ਦੇਖ ਲੂੰਗਾ, ਮੈਂ ਵੇਖ ਲੂੰਗਾ ਕਿ ਸਾਡੇ ਵਰਕਰ ਲੀਡਰ ਉੱਥੇ ਕੀ ਚਾਹੁੰਦੇ ਨੇ, ਅਤੇ ਮੈਂ ਉਸ ਤੋਂ ਬਾਅਦ ਫੈਸਲਾ ਕਰੂੰਗਾ ਵੀ ਅਸੀਂ ਆਪ ਨਾਲ ਪੰਜਾਬ 'ਚ ਮਿਲ ਕੇ ਲੜਨੀ ਹੈ ਜਾਂ ਨਹੀਂ। ਜਿੱਥੋਂ ਤੱਕ ਗੱਲ ਆਪ ਦੀ ਹੈ, ਭਗਵੰਤ ਮਾਨ ਤਾਂ ਗੱਲ ਨਿਬੇੜੀ ਬੈਠਾ 13-0 ਦਾ ਨਾਰਾ ਦੇ ਕੇ, ਪੱਥਰ 'ਤੇ ਲਕੀਰ ਲੱਗ ਰਹੀ ਹੈ ਮੈਨੂੰ ਇਹ ਭਗਵੰਤ ਮਾਨ ਦੀ 13-0। ਦੇਖੋ ਭਗਵੰਤ ਮਾਨ ਛੇਤੀ ਛੇਤੀ ਕਿਤੇ ਗੱਲ ਨਹੀਂ ਕਰਦਾ ਹੁੰਦਾ, ਜਦੋਂ ਭਗਵੰਤ ਮਾਨ ਨੇ ਕਿਹਾ 13-0 ਤਾਂ ਮੈਂ ਇਹ ਮੰਨਦਾ ਫਿਰ ਇਹ ਪੱਥਰ 'ਤੇ ਲਕੀਰ ਹੈ, ਭਗਵੰਤ ਮਾਨ ਸਮਝੌਤਾ ਨਹੀਂ ਕਰਦਾ ਪੰਜਾਬ 'ਚ ਆਮ ਆਦਮੀ ਪਾਰਟੀ ਕਾਂਗਰਸ ਨਾਲ, ਆਮ ਆਦਮੀ ਪਾਰਟੀ ਦਾ ਨਹੀਂ ਹੁੰਦਾ ਸਮਝੌਤਾ।
ਮਲਕੀ ਅਰਜਨ ਖੜਗੇ ਸਾਹਿਬ ਉਸ ਦਿਨ ਰੈਲੀ ਚਾਹੁਣਗੇ, ਚਾਹੇ ਸੋਚਣ ਵੀ ਅਸੀਂ ਬਾਅਦ 'ਚ ਕਰਾਂਗੇ। ਹੁਣ ਤੁਸੀਂ ਦੇਖੋ ਨਾ, 10-11 ਨੂੰ ਅਰਵਿੰਦ ਕੇਜਰੀਵਾਲ ਉਹਨਾਂ ਦਾ ਪੰਜਾਬ 'ਚ ਦੌਰਾ ਹੈ। ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ ਦੋਵੇਂ ਪੰਜਾਬ 'ਚ ਨੇ 10 ਅਤੇ 11 ਨੂੰ, ਔਰ 10 ਨੂੰ ਖੰਨੇ 'ਚ ਵੱਡਾ ਸਮਾਗਮ ਰੱਖ ਲਿਆ। ਹੁਣ ਜਿੱਥੇ ਖੰਨੇ 'ਚ 10 ਨੂੰ ਸਮਾਗਮ ਹੈ, ਉਹ ਤੋਂ ਨੇੜੇ ਹੀ 11 ਫਰਵਰੀ ਨੂੰ ਸਮਰਾਲੇ ਦੇ ਵਿੱਚ ਲਗਭਗ ਨਾਲ ਦਾ ਹਲਕਾ, ਖੰਨਾ ਅਤੇ ਸਮਰਾਲੇ ਤਾਂ ਸੜਕ ਵੀ ਸਾਂਝੀ ਜਾਂਦੀ ਹੈ, ਹੁਣ ਉੱਥੇ ਕਾਂਗਰਸ ਦੀ ਕਨਵੈਨਸ਼ਨ ਹੈ ਜਿੱਥੇ ਕਾਂਗਰਸ ਦਾ ਕੌਮੀ ਪ੍ਰਧਾਨ ਆ ਰਿਹਾ। ਇੱਧਰ ਆਮ ਆਦਮੀ ਪਾਰਟੀ ਦਾ ਕੌਮੀ ਕਨਵੀਨਰ ਆ ਰਿਹਾ 10 ਤਰੀਕ ਨੂੰ, ਔਰ ਵੱਡਾ ਸਮਾਗਮ ਰੱਖਣਗੇ ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ ਵੀ। ਇਹਦਾ ਮਤਲਬ ਕੀ ਹੈ? ਇਹਦਾ ਮਤਲਬ ਇਹ ਹੈ ਕਿ ਕਿਤੇ ਵੀ ਪੰਜਾਬ 'ਚ ਕਾਂਗਰਸ ਦੀ ਲਹਿਰ ਨਾ ਖੜੀ ਹੋ ਜੇ, ਮਲਕੀ ਅਰਜਨ ਖੜਗੇ ਦੀ ਇਸ ਰੈਲੀ ਨੂੰ ਪੰਜਾਬ 'ਚ ਬਹੁਤ ਵੱਡੀ ਤਵੱਜੋ ਨਾ ਮਿਲ ਜੇ। ਹੁਣ 10 ਤਰੀਕ ਨੂੰ ਕੇਜਰੀਵਾਲ ਦੇ ਸਮਾਗਮ ਇੰਨੇ ਵੱਡੇ ਹੋਣਗੇ ਕਿ ਮੀਡੀਆ 'ਚ ਥਾਂ ਹੀ ਨਹੀਂ ਵਿਹਲੀ ਹੋਣੀ ਕਾਂਗਰਸ ਦੇ ਮਲਕੀ ਅਰਜਨ ਖੜਗੇ ਦੇ ਦੌਰੇ ਲਈ ਇੰਨੀ। ਦੂਸਰਾ, ਜੇ ਕਿਤੇ ਕਾਂਗਰਸ 'ਚ ਕਿਸੇ ਨੇ ਕੋਈ ਬਾਗੀ ਹਰਕਤ ਕਰਤੀ, ਉਹ ਬਹੁਤ ਹਾਈਲਾਈਟ ਹੋ ਜਾਣੀ ਹੈ। ਇਸ ਕਰਕੇ ਭਗਵੰਤ ਮਾਨ ਪੋਲੀਟੀਕਲ ਤੌਰ ਦੇ ਉੱਤੇ ਵੱਡੇ ਦਾਅ ਪੇਚ ਵਾਲਾ ਲੀਡਰ ਹੈ। ਸੋ ਉਹਨਾਂ ਨੇ 10 ਤਰੀਕ ਨੂੰ ਮੀਡੀਆ ਦੇ ਵਿੱਚ ਇਸ ਤਰੀਕੇ ਦੇ ਈਵੈਂਟ ਆਮ ਆਦਮੀ ਪਾਰਟੀ ਦੇ ਹੀ ਰੱਖ ਤੇ ਕਿ ਮੀਡੀਆ ਦਾ ਧਿਆਨ ਉਹ ਤੋਂ ਬਾਹਰ ਜਾਣਾ ਨਹੀਂ। ਔਰ ਜੇ 11 ਤਰੀਕ ਦੀ ਕਨਵੈਨਸ਼ਨ ਕਾਂਗਰਸ ਦੀ ਜ਼ਿਆਦਾ ਕਾਮਯਾਬ ਨਾ ਹੋਈ ਤਾਂ ਫਿਰ ਉਹਦੇ ਨਾਲ ਸੋਨੇ ਅਤੇ ਸੁਹਾਗੇ ਵਾਲੀ ਗੱਲ ਹੋ ਜਾਏਗੀ ਆਮ ਆਦਮੀ ਪਾਰਟੀ ਦੇ ਲਈ। ਸੋ ਗਗਨਦੀਪ ਜੀ, ਇੱਕ ਗੱਲ ਤੈਅ ਹੈ ਕਿ 13-0 'ਤੇ ਭਗਵੰਤ ਮਾਨ ਅੱਗੇ ਵੱਧ ਗਿਆ। ਹੁਣ ਸਮਝੌਤਾ ਪੰਜਾਬ 'ਚ ਮਿਲ ਕੇ ਚੋਣਾਂ ਲੜਨ ਵਾਲਾ ਮੈਨੂੰ ਨਹੀਂ ਲੱਗਦਾ ਹੋਊਗਾ। ਹੁਣ ਤਾਂ ਭਗਵੰਤ ਮਾਨ ਉਮੀਦਵਾਰ ਇੱਕ ਅੱਧਾ, ਦੇਖੋ 13-13 ਮੈਂ ਅੱਗੇ ਵੀ ਜ਼ਿਕਰ ਕੀਤਾ, ਜੇਬ 'ਚ ਭਗਵੰਤ ਮਾਨ ਦੀ ਨਾਮ ਨੇ ਉਮੀਦਵਾਰਾਂ ਦੇ, ਪਰਚੀਆਂ ਨੇ। ਹੁਣ ਜਿਵੇਂ ਕਈ ਤਾਂ ਭਗਵੰਤ ਮਾਨ ਉਹਨਾਂ ਨੇ ਖੁਦ ਉਤਾਰੇ ਨਾ, ਜਿਵੇਂ ਸੁਸ਼ੀਲ ਕੁਮਾਰ ਰਿੰਕੂ ਹੈ, ਉਹਦਾ ਤਾਂ ਸਮਝ ਆਉਂਦਾ ਵੀ ਦੁਬਾਰਾ ਟਿਕਟ ਦੇਣਗੇ, ਸਿਟਿੰਗ ਹੈ। ਬਾਕੀ 12-36 ਪਰਚੀਆਂ ਤਾਂ ਜੇਬ 'ਚ ਹੋਣਗੀਆਂ, ਜੇ 3 ਆ ਨਹੀਂ ਹੋਣਗੀਆਂ ਜਲੰਧਰ ਵਾਲੀਆਂ। ਸੋ ਇਸ ਕਰਕੇ ਤੈਅ ਆ ਭਗਵੰਤ ਮਾਨ ਕੋਲ ਸਾਰਾ ਕੁਝ ਪੰਜਾਬ ਦਾ ਏਜੰਡਾ। ਔਰ ਜਿਵੇਂ ਕਿਸਾਨਾਂ ਵਾਲੀ ਗੱਲ ਹੈ, ਕੇਂਦਰ ਨਾਲ ਮੀਟਿੰਗ ਕਰਾ ਕੇ ਕਿਸਾਨਾਂ ਦੀ, ਉਹ ਵੀ ਇੱਕ ਦਾਅ ਖੇਡ ਗਿਆ ਭਗਵੰਤ ਮਾਨ ਵੱਡਾ, ਤੁਸੀਂ ਵੇਖੋ ਪੰਜਾਬ 'ਚ। ਸੋ ਇਸ ਕਰਕੇ 13-0 ਵਾਲੇ ਪਾਸੇ ਤੁਰਿਆ। ਬੜਲਾ ਸਾਹਿਬ, ਇਹ ਸਾਰੇ ਦੇ ਵਿਚਕਾਰ ਜਿਸ ਕਦਰ ਕਿਸਾਨਾਂ ਦੀ ਮੀਟਿੰਗ ਬਹੁਤ ਦੇਰ ਰਾਤ ਤੱਕ ਚੱਲਦੀ ਰਹੀ ਹੈ ਚੰਡੀਗੜ੍ਹ ਦੇ ਵਿੱਚ, ਜਿਹਦੇ ਵਿੱਚ ਵੱਡੇ ਮੰਤਰੀ ਰਹੇ ਕੇਂਦਰ ਦੇ ਮੌਜੂਦ, ਕੇਂਦਰ ਦੇ ਵੱਡੇ ਅਫਸਰਸ਼ਾਹੀ ਮੌਜੂਦ ਰਹੀ ਹੈ, ਪੰਜਾਬ ਦੀ ਅਫਸਰਸ਼ਾਹੀ ਮੌਜੂਦ ਰਹੀ ਹੈ, ਕਿਸਾਨ ਆਗੂ ਮੌਜੂਦ ਰਹੇ ਨੇ। ਇਸ ਮੀਟਿੰਗ ਦੇ ਵਿੱਚੋਂ ਕੋਈ ਬਹੁਤਾ ਵੱਡਾ ਸੀਟਾਂ ਨਹੀਂ ਨਿਕਲ ਸਕਿਆ, ਕਿਉਂਕਿ ਕਹਿੰਦੇ ਕਿ ਜਦੋਂ ਪੰਜਾਬ ਦੇ ਵਿੱਚ ਪਹੁੰਚਦੇ ਨੇ ਕੇਂਦਰੀ ਮੰਤਰੀ ਤਾਂ ਉਸ ਤੋਂ ਪਹਿਲਾਂ ਅਮਿਤ ਸ਼ਾਹ ਦੇ ਨਾਲ ਮੁਲਾਕਾਤ ਕਰਕੇ ਆਉਂਦੇ ਨੇ, ਡਿਸਕਸ਼ਨ ਹੁੰਦੀ ਹੈ ਕਿ ਜੇਕਰ ਕਿਸਾਨਾਂ ਨੂੰ ਮਨਾਉਣਾ ਪਿਆ ਤਾਂ ਕਿਹੜੇ ਕਿਹੜੇ ਅਸੀਂ ਪੱਧਰ 'ਤੇ ਮਨਾ ਸਕਦੇ ਹਾਂ, ਕਿਹੜੀ ਕਿਹੜੀ ਚੀਜ਼ ਦੀ ਖੁੱਲ੍ਹੀ ਛੂਟ ਹੈ ਸਾਨੂੰ। ਪਰ ਕਿਸਾਨ ਹੁਣ ਤੱਕ ਦੇ ਲਈ ਇਸ ਚੀਜ਼ ਨੂੰ ਲੈ ਕੇ ਡੈਡ ਸ਼ੋਰ ਨੇ, ਉਹ ਕਹਿੰਦੇ ਕਿ ਕੁਝ ਵੀ ਹੋ ਜਾਵੇ MSP ਦਾ ਕਾਨੂੰਨ ਚਾਹੀਦਾ, ਜੋ ਕੁਝ ਹੜ੍ਹਾਂ ਦੇ ਵਿੱਚ ਸਾਡੇ ਨਾਲ ਹੋਇਆ ਉਸ ਦੀ ਭਰਪਾਈ ਚਾਹੀਦੀ ਹੈ, ਜਾਂ ਜਿੰਨੇ ਹੁਣ ਤੱਕ ਦੇ ਕਿਸਾਨਾਂ 'ਤੇ ਪਰਚੇ ਨੇ ਉਹ ਰੱਦ ਕਰੋ। ਇਹ ਸਾਰੀਆਂ ਮੰਗਾਂ ਨੂੰ ਲੈ ਕੇ ਕਹਿੰਦੇ ਅਸੀਂ ਦਿੱਲੀ ਜਾ ਰਹੇ ਹਾਂ, ਸੋ ਅਸੀਂ ਰੋਕਣ ਵਾਲੇ ਨਹੀਂ। 16 ਤਰੀਕ ਨੂੰ ਪੂਰੇ ਮੁਲਕ ਦੇ ਵਿੱਚ ਬੰਦ ਦਾ ਐਲਾਨ ਕਰ ਦਿੱਤਾ ਗਿਆ, ਅਤੇ ਉਸ ਤੋਂ ਪਹਿਲਾਂ 13 ਤਰੀਕ ਨੂੰ ਪੂਰਾ ਮੁਲਕ ਜਿਹੜਾ ਹੈ ਉੱਥੇ ਲੈ ਕੇ ਜਾਣ ਦੀ ਗੱਲ ਆਖੀ ਜਾ ਰਹੀ ਹੈ। ਕਿੱਦਾਂ ਵੇਖ ਰਹੇ ਹੋ ਸਾਰੀ ਚੀਜ਼ ਨੂੰ, ਕਿ ਹੁਣ ਕੇਂਦਰ ਦੀ ਸਰਕਾਰ ਜਿਹੜੀ ਹੈ ਪੰਜਾਬ 'ਚ ਇਸ ਸਾਰੇ ਮਸਲੇ ਨੂੰ ਠੰਡਾ ਕਰਨਾ ਚਾਹੁੰਦੀ ਹੈ? ਦੇਖੋ, ਜਦੋਂ ਕਿਸਾਨ ਅੰਦੋਲਨ ਪੰਜਾਬ 'ਚ ਉਭਰਿਆ ਸੀ ਕੋਵਿਡ ਤੋਂ ਬਾਅਦ, ਕਿਸਾਨ ਅੰਦੋਲਨ ਜਦੋਂ ਉਭਰਿਆ ਪਹਿਲਾਂ, ਕੈਪਟਨ ਅਮਰਿੰਦਰ ਨੇ ਵੀ ਪੰਜਾਬ ਦੇ ਕਿਸਾਨਾਂ ਨੂੰ ਕਿਹਾ ਸੀ ਵੀ ਤੁਸੀਂ ਪੰਜਾਬ 'ਚ ਧਰਨੇ ਕਿਉਂ ਮਾਰਦੇ ਹੋ, ਤੁਸੀਂ ਦਿੱਲੀ ਵਾਲੇ ਪਾਸੇ ਜਾਓ। ਕੈਪਟਨ ਅਮਰਿੰਦਰ ਨੇ ਵੀ ਉਸ ਅੰਦੋਲਨ ਨੂੰ ਦਿੱਲੀ ਵਾਲੇ ਪਾਸੇ ਜਾਣ ਦਾ ਰਾਹ ਵਿਖਾਇਆ ਸੀ। ਹੁਣ ਭਗਵੰਤ ਮਾਨ ਨੇ ਇੱਕ ਵੱਡਾ ਕੰਮ ਫੇਰ ਕਰਤਾ। ਭਗਵੰਤ ਮਾਨ ਨੇ ਕੇਂਦਰ ਦੇ ਮੰਤਰੀਆਂ ਨਾਲ ਔਰ ਕਿਸਾਨ ਸੰਗਠਨਾਂ ਦੇ ਵਿਚਾਲੇ ਇੱਕ ਤਾਲਮੇਲ ਦੀ ਭੂਮਿਕਾ ਅਦਾ ਕਰਕੇ ਮੀਟਿੰਗ ਕਰਾਤੀ। ਹਾਲਾਂਕਿ ਭਗਵੰਤ ਮਾਨ ਵੀ ਉਸ ਮੀਟਿੰਗ 'ਚ ਸੀ, ਪਿਊਸ਼ ਗੋਇਲ ਕੇਂਦਰੀ ਮੰਤਰੀ ਸੀ, ਬਹੁਤ ਸਾਰੇ ਅਫਸਰਾਂ ਦੀਆਂ
ਇਸ ਮੀਟਿੰਗ 'ਚ ਉਹਨਾਂ ਦੀ ਸ਼ਮੂਲੀਅਤ ਰਹੀ। ਹੁਣ ਅਸੀਂ ਇੱਕ ਗੱਲ ਸਮਝਣ ਦੀ ਕੋਸ਼ਿਸ਼ ਕਰੀਏ, ਇਹ ਕੇਂਦਰ ਸਰਕਾਰ ਨੂੰ ਵੀ ਪਤਾ, ਪ੍ਰਧਾਨ ਮੰਤਰੀ ਸਾਹਿਬ ਨੂੰ ਵੀ ਪਤਾ, ਅਮਿਤ ਸ਼ਾਹ ਉਹਨਾਂ ਨੂੰ ਵੀ ਪਤਾ ਕਿ ਅਗਰ ਦਿੱਲੀ 'ਚ ਇਸ ਵਾਰ ਕਿਸਾਨ ਪਹੁੰਚ ਗਿਆ ਅੰਦੋਲਨ ਕਰਨ ਤਾਂ ਫਿਰ ਉਹ ਛੇਤੀ ਛੇਤੀ ਮੁੜਦਾ ਨਹੀਂ। ਮੈਂ ਤਾਂ ਕੱਲ੍ਹ ਤਸਵੀਰਾਂ ਦੇਖ ਰਿਹਾ ਸੀ, ਹਰਿਆਣੇ ਦੀਆਂ ਟੈਲੀਵਿਜ਼ਨ 'ਚ ਆ ਰਹੀਆਂ ਸੀ ਕਿ ਹਰਿਆਣੇ ਦੇ DGP ਦਾ ਵੀ ਬਿਆਨ ਆਇਆ ਵੀ ਅਸੀਂ ਲਾਅ ਐਂਡ ਆਰਡਰ ਬਣਾ ਕੇ ਰੱਖਾਂਗੇ, ਰੱਖਣਾ ਵੀ ਚਾਹੀਦਾ। ਤਸਵੀਰਾਂ ਦੇਖ ਰਿਹਾ ਸੀ ਵੀ ਜਿਹੜੇ ਭੀੜ ਨੂੰ ਕੰਟਰੋਲ ਕਰਨ ਵਾਲੀਆਂ ਗੱਡੀਆਂ ਹੁੰਦੀਆਂ ਨੇ, ਜਿਹੜੀਆਂ ਪਾਣੀ ਦੀਆਂ ਵਿਛਾੜਾਂ ਕਰਨ ਵਾਲੀਆਂ ਗੱਡੀਆਂ ਹੁੰਦੀਆਂ ਨੇ, ਕਹਿੰਦੇ ਉਹਨਾਂ ਨੂੰ ਉਹਨਾਂ ਦਾ ਟੈਸਟ ਹੋ ਰਿਹਾ ਸੀ ਵੀ ਉਹ ਕੰਮ ਕਰਦੀਆਂ ਨੇ ਕਿ ਨਹੀਂ। ਦੇਖੋ ਪਿਛਲੀ ਵਾਰੀ ਤਾਂ ਕਿਸਾਨਾਂ ਦੇ ਰਸਤੇ 'ਚ ਰੋਕ ਲਾ ਤੇ ਮਨੋਹਰ ਲਾਲ ਖੱਟੜ ਉਹਨਾਂ ਨੇ, ਰੋਕਾਂ ਰੁਕਾਂ ਲਾ ਤੀਆਂ, ਪੱਥਰ ਪੁੱਥਰ ਲਾ ਤੇ। ਇਸ ਵਾਰ ਜ਼ਰੂਰਤ ਨਹੀਂ ਕਿਸੇ ਸਰਕਾਰ ਦੀ ਕਿ ਉਹ ਕਿਸਾਨ ਅੰਦੋਲਨ ਨੂੰ ਅਗਰ ਉਹ ਦਿੱਲੀ ਜਾ ਰਿਹਾ ਤਾਂ ਉਹਨਾਂ ਨੂੰ ਰੋਕਣ। ਹਾਂ, ਕਿਸਾਨ ਸ਼ਾਂਤੀਪੂਰਵਕ ਰਹਿਣ, ਫਿਰ ਕਿਸੇ ਸਰਕਾਰ ਦੀ ਜ਼ਰੂਰਤ ਨਹੀਂ, ਕਿਉਂਕਿ ਚੋਣਾਂ ਨੂੰ ਕੁਝ ਕੁ ਮਹੀਨੇ ਰਹਿ ਗਏ ਔਰ ਕਿਸਾਨ ਅੰਦੋਲਨ ਬਹੁਤ ਵੱਡੀ ਤਾਕਤ ਹੈ। ਅਗਰ ਸਾਡੇ ਕਿਸਾਨ ਸਾਰੇ ਇਕੱਠੇ ਹੋ ਕੇ, ਸਿਆਸੀ ਗੈਰ ਸਿਆਸੀ ਭੁੱਲ ਜਾਣ, ਕੋਈ ਚੋਣਾਂ ਲੜਿਆ ਕੋਈ ਨਹੀਂ ਲੜਿਆ, ਜੇ ਕੋਈ ਚੋਣ ਲੜ ਪਿਆ ਤਾਂ ਕੋਈ ਜੱਗੋ ਤੇਰਵੀਂ ਗੱਲ ਨਹੀਂ ਕਰਤੀ, ਇਹ ਡੈਮੋਕ੍ਰੇਸੀ ਹੈ। ਜੇ ਕਿਸੇ ਨੇ ਚੋਣਾਂ ਲੜ ਵੀ ਲਈਆਂ ਤਾਂ ਫਿਰ ਕੀ ਹੋ ਗਿਆ? ਸੋ ਸਾਡਾ ਡੈਮੋਕ੍ਰੇਸੀ ਦੇ ਵਿੱਚ ਸਭ ਨੂੰ ਹੱਕ ਹੈ ਚੋਣਾਂ ਲੜਨ ਦਾ। ਇੱਥੇ ਕਈ ਲੋਕ ਨੇ ਜਿਹੜੇ ਰਾਸ਼ਟਰਪਤੀ ਦੀ ਚੋਣ ਵੀ ਲੜ ਲੈਂਦੇ ਨੇ ਅਤੇ ਉਹਨਾਂ ਦਾ ਆਪਣਾ ਦਾਇਰਾ ਕੋਈ ਐਡਾ ਵੱਡਾ ਨਹੀਂ ਹੁੰਦਾ, ਪਰ ਹੱਕ ਹੈ ਹਰੇਕ ਦਾ। ਹੁਣ ਕੱਲ੍ਹ ਦੀ ਮੀਟਿੰਗ ਦੇ ਵਿੱਚ ਭਾਵੇਂ ਕੋਈ ਬਹੁਤ ਖਾਸ ਫੈਸਲੇ ਨਹੀਂ ਹੋਏ, ਪਰ ਕੇਂਦਰ ਸਰਕਾਰ ਤੱਕ ਮੋਟੇ ਮੋਟੇ ਸੁਨੇਹੇ ਪਹੁੰਚ ਗਏ ਵੀ ਕਿਸਾਨ ਅੱਜ ਵੀ ਕਹਿੰਦਾ ਕਿ ਮੈਂ MSP ਦੇ ਕਾਨੂੰਨ 'ਤੇ ਖੜਾ, ਕਿਸਾਨ ਅੱਜ ਵੀ ਕਹਿੰਦਾ ਕਿ ਸਾਡੇ ਮੁਆਵਜ਼ੇ ਨਹੀਂ ਮਿਲ ਰਹੇ, 600-700 ਦੇ ਕਰੀਬ ਕਿਸਾਨ ਸ਼ਹੀਦ ਹੋਏ ਨੇ, ਜਿਹੜੇ ਉਹਨਾਂ 'ਚੋਂ ਬਹੁਤੇ ਹਜੇ ਵੀ ਵਾਅਦਿਆਂ ਦੀ ਵਫਾਈ ਨਹੀਂ ਉਹਨਾਂ ਨਾਲ ਹੋਈ, ਵਾਅਦੇ ਵਫਾ ਨਹੀਂ ਹੋਏ ਉਹਨਾਂ ਨਾਲ। ਲਖੀਮਪੁਰ ਖੀਰੀ ਵਾਲਾ ਮਾਮਲਾ ਅਟਕਿਆ ਪਿਆ, ਬਿਜਲੀ ਬਿੱਲ ਦੇ ਉੱਤੇ ਜਿਹੜਾ ਆਰਡੀਨੈਂਸ ਹੈ ਕਿਸਾਨ ਨਹੀਂ ਉਹਨੂੰ ਸਹਿਮਤੀ ਦਿੰਦੇ। ਸੋ ਬਹੁਤ ਸਾਰੀਆਂ ਕਿਸਾਨਾਂ ਦੀਆਂ ਮੰਗਾਂ ਨੇ ਔਰ ਇਹ ਇੰਨੀ ਛੇਤੀ ਨਹੀਂ ਨਿਬੜਨ ਵਾਲੀ ਗੱਲ। ਮੈਂ ਕੱਲ੍ਹ ਤਸਵੀਰਾਂ ਦੇਖ ਰਿਹਾ ਸੀ ਕਿ UP ਤੋਂ ਨੋਇਡਾ ਤੋਂ ਕਿਸਾਨ ਵੱਡੀ ਗਿਣਤੀ ਪਹੁੰਚ ਗਏ, ਉਹ ਕਹਿੰਦੇ ਅਸੀਂ ਦਿੱਲੀ ਜਾਣਾ। ਇਹਦਾ ਮਤਲਬ ਹੈ ਅਗਲੇ 1-2 ਦਿਨਾਂ ਦੇ ਵਿੱਚ ਅਗਰ ਕਿਸਾਨਾਂ ਦਾ ਦਿੱਲੀ ਵੱਲ ਨੂੰ ਕੂਚ ਕਰਨ ਦਾ ਸਿਲਸਿਲਾ ਜਾਰੀ ਰਿਹਾ, ਵੱਡੀ ਗਿਣਤੀ ਕਿਸਾਨ ਦਿੱਲੀ ਵੱਲ ਨੂੰ ਅਗਰ ਪਹੁੰਚ ਗਏ, ਜਿਵੇਂ 13 ਫਰਵਰੀ ਨੂੰ ਕਈਆਂ ਨੇ ਕਿਹਾ ਵੀ ਅਸੀਂ ਦਿੱਲੀ ਜਾਣਾ, ਅਸੀਂ ਪਾਰਲੀਮੈਂਟ ਦਾ ਘਿਰਾਓ ਕਰਾਂਗੇ, ਜਾਂ 16 ਨੂੰ ਭਾਰਤ ਬੰਦ ਹੈ, ਅਗਰ ਇਹ 4-5 ਦਿਨ ਅੰਦੋਲਨ ਕਿਸਾਨਾਂ ਦਾ ਖੜ ਗਿਆ ਦਿੱਲੀ ਵੱਲ ਜਾ ਕੇ, ਤਾਂ ਇਹ ਅੰਦੋਲਨ ਬਹੁਤ ਵੱਡਾ ਹੋ ਜਾਣਾ, ਕਿਉਂਕਿ 2024 ਦੀਆਂ ਚੋਣਾਂ ਤੋਂ ਪਹਿਲਾਂ ਸਾਰੀਆਂ ਵਿਰੋਧੀ ਧਿਰਾਂ ਨੇ ਐਤਕੀ ਫਿਰ ਕਿਸਾਨਾਂ ਦੀ ਹਮਾਇਤ ਕਰ ਦੇਣੀ ਔਰ ਵਿਰੋਧੀ ਧਿਰਾਂ ਨੇ ਕਿਸਾਨਾਂ 'ਚ ਆ ਕੇ ਬਹਿ ਜਾਣਾ। ਇਸ ਕਰਕੇ BJP ਦੀ ਪੂਰੀ ਕੋਸ਼ਿਸ਼ ਹੋਣੀ ਹੈ ਮਨਦੀਪ ਜੀ ਕਿ 3-4 ਮਹੀਨੇ ਚੋਣਾਂ 'ਚ ਰਹਿ ਗਏ, ਉਸ ਤੋਂ ਪਹਿਲਾਂ ਅਸੀਂ ਕਿਸਾਨਾਂ ਦੇ ਅੰਦੋਲਨ ਨੂੰ ਨਿਬੇੜੀਏ। ਕੋਈ ਵੱਡੀ ਗੱਲ ਨਹੀਂ, BJP ਕਿਸਾਨਾਂ ਨਾਲ ਮੀਟਿੰਗਾਂ ਕਰਕੇ, ਹੋਰ 2-4 ਮੀਟਿੰਗਾਂ ਕਰਕੇ ਸਪੈਸ਼ਲ ਸੈਸ਼ਨ ਕਿਸਾਨਾਂ ਦੇ ਲਈ ਸੱਦ ਦੇ BJP, ਅਗਰ ਇਹ ਸੈਸ਼ਨ ਖਤਮ ਵੀ ਹੋ ਜਾਂਦਾ ਤਾਂ ਕੋਈ ਵੱਡੀ ਗੱਲ ਨਹੀਂ ਕਿ MSP ਦੇ ਕਾਨੂੰਨ ਦਾ ਖਰੜਾ ਅੱਗੇ ਵਧਾ ਦਿੱਤਾ ਜਾਵੇ ਕਿਸਾਨਾਂ ਨੂੰ ਲੈ ਕੇ, ਕਿਉਂਕਿ ਚੋਣਾਂ ਤੋਂ ਪਹਿਲਾਂ ਪੋਲੀਟੀਕਲ ਪਾਰਟੀਆਂ ਹਰ ਤਰ੍ਹਾਂ ਦੀ ਮੰਗ ਮੰਨ ਲੈਂਦੀਆਂ ਨੇ, ਕਿਉਂਕਿ ਉਹਨਾਂ ਨੂੰ ਪਤਾ ਕਿ ਜੇ ਮੁਲਕ ਦਾ ਕਿਸਾਨ, ਦੇਖੋ UP ਦਾ ਕਿਸਾਨ, ਹਰਿਆਣੇ ਦਾ ਕਿਸਾਨ, ਪੰਜਾਬ ਦਾ, ਹਿਮਾਚਲ ਦਾ, ਜੰਮੂ ਕਸ਼ਮੀਰ ਦਾ, ਇਹ ਉਹ ਕਿਸਾਨ ਹੈ ਜਿਹਦੀ ਆਰਥਿਕਤਾ ਸਿੱਧੀ ਸਿੱਧੀ ਖੇਤੀ 'ਤੇ ਹੈ। ਹੁਣ ਸੇਬਾਂ ਵਾਲੇ ਜੰਮੂ ਕਸ਼ਮੀਰ 'ਚ ਕਿੰਨੇ ਪਰੇਸ਼ਾਨ ਨੇ, ਹਿਮਾਚਲ 'ਚ ਸਾਡੇ ਐਪਲ ਗਰੋਅਰ ਕਿੰਨੇ ਪਰੇਸ਼ਾਨ ਨੇ, ਪੰਜਾਬ 'ਚ ਸਾਡੀ ਇਕੋਨਮੀ ਐਗਰੀਕਲਚਰ 'ਤੇ ਹੈ, ਹਰਿਆਣਾ ਦੀ ਇਕੋਨਮੀ ਐਗਰੀਕਲਚਰ 'ਤੇ ਹੈ, ਰਾਜਸਥਾਨ ਦੀ ਇਕੋਨਮੀ ਵੀ ਕਾਫੀ ਹੱਦ ਤੱਕ ਐਗਰੀਕਲਚਰ 'ਤੇ ਹੈ। ਇਸ ਕਰਕੇ ਇਹ ਮੌਕਾ ਉਹ ਹੈ, ਅਗਰ ਕਿਸਾਨ ਸੰਗਠਿਤ ਹੋ ਕੇ ਅੰਦੋਲਨ ਕਰ ਗਏ ਤਾਂ ਕੇਂਦਰ ਸਰਕਾਰ ਤੋਂ ਕੁਝ ਨਾ ਕੁਝ ਲੈ ਜਾਣਗੇ,
ਇਹ ਮੌਕਾ ਉਹ ਹੈ ਜਦੋਂ ਕੇਂਦਰ ਸਰਕਾਰ ਕਿਸਾਨਾਂ ਦੇ ਅੰਦੋਲਨ ਨੂੰ ਅੱਖੋਂ ਪਰੋਖੇ ਨਹੀਂ ਕਰ ਸਕਦੀ। ਸੋ ਹੁਣ ਮੀਟਿੰਗ ਦਰ ਮੀਟਿੰਗਾਂ ਹੋਣਗੀਆਂ ਅਗਲੇ ਕੁਝ ਦਿਨਾਂ ਦੇ ਵਿੱਚ, ਅਤੇ ਫਿਰ ਵੇਖਦੇ ਹਾਂ ਬਣਦਾ ਕੀ ਹੈ ਇਸ ਅੰਦੋਲਨ ਦਾ। ਬਿਲਕੁਲ, ਸੋ ਇਹ ਜ਼ਰੂਰ ਹੈ ਕਿ ਜਿਸ ਕਦਰ ਕਿਸਾਨ ਹੁਣ ਅੱਗੇ ਵਧਣ ਦੀ ਗੱਲ ਆਖ ਰਹੇ ਨੇ, ਰੋਕਾਂ ਦੀ ਟੈਸਟਿੰਗ ਹੋਣ ਲੱਗੀ ਆ, ਰੋਕਾਂ ਕਿਵੇਂ ਕਿਵੇਂ ਲੱਗਣੀਆਂ ਨੇ ਇਸ ਨੂੰ ਲੈ ਕੇ ਲੇਅਰਿੰਗ ਚੈੱਕ ਹੋਣ ਲੱਗ ਪਈ ਆ। ਸੋ ਇਸ ਤੋਂ ਸਾਫ਼ ਆ ਕਿ ਕੇਂਦਰ ਜ਼ਰੂਰ ਇਸ ਤੋਂ ਡਰਿਆ ਹੋਇਆ ਕਿ ਜੇਕਰ ਦਿੱਲੀ ਹੁਣ ਕਿਸਾਨ ਪਹੁੰਚਦੇ ਨੇ ਤਾਂ ਪੋਲੀਟੀਕਲੀ ਤੌਰ ਦੇ ਉੱਤੇ ਭਾਜਪਾ ਨੂੰ ਇਸ ਦਾ ਬਹੁਤ ਵੱਡਾ ਸੈੱਟਬੈਕ ਆਉਣ ਵਾਲੀਆਂ ਚੋਣਾਂ 'ਚ ਲੱਗ ਸਕਦਾ। ਕਿਸਾਨਾਂ ਨੂੰ ਦਿੱਲੀ ਜਾਣ ਤੋਂ ਰੋਕਿਆ ਜਾਏਗਾ ਜਾਂ ਫਿਰ ਕਿਸਾਨਾਂ ਦੇ ਨਾਲ ਪਹਿਲਾਂ ਹੀ ਇਹ ਸਾਰੀ ਚੀਜ਼ ਨੂੰ ਨਿਬੇੜ ਲਿਆ ਜਾਏਗਾ ਅਤੇ ਕਿਸਾਨ ਰੁਕ ਜਾਣਗੇ। ਇਹ ਸਾਰੀ ਚੀਜ਼ ਦੇ ਉੱਤੇ ਸਸਪੈਂਸ ਬਰਕਰਾਰ ਹੈ। ਆਉਣ ਵਾਲੀ 13 ਤਰੀਕ ਕਾਂਗਰਸ ਜਾਂ ਕਹਿ ਦਈਏ ਕਿ ਕਿਸਾਨ ਜਾਂ ਕਹਿ ਦਈਏ ਆਮ ਆਦਮੀ ਪਾਰਟੀ ਜਾਂ ਬੀਜੇਪੀ, ਇਹਨਾਂ ਸਾਰਿਆਂ ਦੇ ਲਈ ਭਵਿੱਖ ਦਾ ਬਹੁਤ ਵੱਡਾ ਸੰਕੇਤ 13 ਤਰੀਕ ਪੈਦਾ ਕਰ ਸਕਦੀ ਹੈ। ਡਾਕਟਰ ਸਾਹਿਬ ਬਹੁਤ ਬਹੁਤ ਧੰਨਵਾਦ। ਬਹੁਤ ਧੰਨਵਾਦ।